जिस वंश की पंजवी प्रतख मूर्त है हरी जोत परमात्मा की जोत गुरु नानक कहाई आओ मैं तुहानू दिखाना चाहना मथा पाठ कहने गुरु अर्जन पिखो नैन आओ इन खंडाल गुरु अर्जन पछाण की जोत रूप हर आप उन्हें अपना ना गुरु नानक रख लिया पैसा भाई नंद लाल जी ने भी इसका जिक्र किया कह लगे गुरु नानक आमदो नारायण स्वरूप कहते गुरु नानक आमदो नारायण स्वरूप होमाना निरंजन निरंकार रूप मथरा पट भी यो गल आख रहे लोग आओ मैं तुहानू गुरु अर्जन दिखावा जोत रूप हर आप गुरु नानक तांते अंगद भयो तत् स्यो तत् मिलायो अंगद कृपा धार अमर सतगुरु थिर कीयो अमरदास अमृत छतर बंसावली अमरदास अमृत छतर गुरु राम में दियो गुरु रामदास दर्शन परस कहे मथुरा मथुरा पाठ अमृत पहे
ਹੁਣ ਗੁਰੂ ਦੀ ਗੱਲ ਕਰ ਰਹੇ ਹਾਂ ਇਸ ਲਈ ਮੈਨੂੰ ਗੁਰੂ ਦੀ ਗੱਲ ਅੰਮ੍ਰਿਤ ਵਰਗੀ ਮਿੱਠੀ ਲੱਗਦੀ ਹੈ। ਮੱਥਾ ਪੱਟ ਕੇ ਜਦੋਂ ਮੈਂ ਗੁਰੂ ਦੀ ਗੱਲ ਕਰਨਾ ਨੂੰ ਮੈਨੂੰ ਇਹ ਦਿਸਦਾ ਹੈ ਮਥੁਰਾ ਅੰਮ੍ਰਿਤ ਬਹਿਣ ਕਹਿ ਰਿਹਾ। ਕਹਿ ਮਥੁਰਾ ਅੰਮ੍ਰਿਤ ਬਹਿਣ ਕੀ ਕਹਿ ਰਹੇ? ਕਹਿੰਦੇ ਮੂਰਤ ਪੰਥ ਪ੍ਰਮਾਣ ਪੁਰਖ ਜਿਹੜੀ ਪੰਜਵੀਂ ਮੂਰਤ ਹੈ ਨਾ ਇਹਨੂੰ ਸਰੀਰ ਨੂੰ ਇਸ ਲਈ ਮੂਰਤ ਰੱਖਿਆ ਨੇ ਬਦਲੇ ਤਾਂ ਸਰੀਰ ਹੀ ਨੇ। ਜੋਤ ਰੂਪ ਹਰ ਆਪ ਚੱਲਦੇ ਆ ਰਹੀ ਹੈ। ਪਰ ਇੱਕ ਅਜੀਬ ਗੱਲ ਹੈ ਜਿੱਥੇ ਇਹ ਲਫ਼ਜ਼ ਆਏ ਨਾ ਮੈਂ ਹੈਰਾਨ ਹੋਇਆ ਨਿਰੀ ਜੋਤ ਨਹੀਂ ਉੱਥੇ ਨਾਲ ਜੁਗਤ ਵੀ ਕਹਿ ਦਿੱਤਾ। ਰੋਜ਼ ਇਹਨੂੰ ਪੜ੍ਹਨੇ ਜੋਤ ਉਹ ਆ ਜੁਗਤ ਸਾਹਿਬ ਇਹਨੇ ਇੱਕ ਦੁਨੀਆਂ ਅੰਦਰ ਪਿਆ ਹੋਇਆ ਅੱਜ ਕੱਲ੍ਹ ਦੇ ਸਮੇਂ ਵਿੱਚ ਪੈਣ ਵਾਲਾ ਇੱਕ ਭੁਲੇਖਾ ਦੂਰ ਕਰ ਦਿੱਤਾ ਇਹਨੇ ਲਫ਼ਜ਼ ਜਿਹੜੇ ਕਹਿੰਦੇ ਨੇ ਨਾ ਜੋਤ ਸਾਰਿਆਂ ਵਿੱਚ ਹੈ ਉਹ ਵੀ ਇੱਕ ਮਨੁੱਖ ਸਨ ਉਹਨਾਂ ਨੇ ਸੰਸਾਰ ਵਰਗੇ ਕੰਮ ਕੀਤੇ। ਇਸ ਲਾਈਨ ਦੁਬਾਰਾ ਪੜ੍ਹ ਉਹਨਾਂ ਨੇ ਉਸ ਜੋਤ ਕੋਲੋਂ ਜਿਹੜੀ ਜੁਗਤ ਮਿਲੀ ਉਹ ਨਾਲ ਨਾਲ ਤੁਰ ਜਾਈ। ਜੁਗਤ ਕਹਿੰਦੇ ਨੇ ਜੀਵਨ ਸ਼ੈਲੀ ਜੋ ਸਾਡੇ ਤੁਹਾਡੇ ਸਾਰਿਆਂ ਵਿੱਚ ਹੀ ਹੈ ਰੱਬ ਦੀ ਜੋਤ ਸਾਰੇ ਵਿੱਚ। ਪਰ ਜੁਗਤ ਬਿਲਕੁਲ ਨਹੀਂ ਜੁਗਤ ਸਾਡੀ ਵੱਖਰੀ ਹਰ ਕਿਸੇ ਦੀ ਵੱਖਰੀ। ਗੁਰੂ ਨੇ ਹਾਲਾਂਕਿ ਇਹ ਗੱਲ ਇੱਕ ਸ਼ਰਤ ਵਜੋਂ ਰੱਖ ਦਿੱਤੀ ਕਹਿਣ ਲਈ ਸੱਚ ਤਾਂ ਪਰ ਜਾਣੀ ਜੁਗਤ ਦੇ ਅਰਥ ਜੀਵਨ ਦੀ ਜੁਗਤੀ ਆ ਗਈ। ਜੋਤ ਹੋਰ ਚੀਜ਼ ਹੈ ਜੁਗਤ ਵੱਖਰੀ ਚੀਜ਼। ਦੁਨੀਆਂ ਦੇ ਹਰ ਮਨੁੱਖ ਵਿੱਚ ਰੱਬੀ ਜੋਤ ਹੈ। ਸਭ ਮੈਂ ਜੋਤ ਜੋਤ ਹੈ ਸੋਏ ਸਾਰਿਆਂ ਵਿੱਚ। ਪਰ ਸਾਰਿਆਂ ਵਿੱਚ ਜੁਗਤ ਵੀ ਹੈ ਤਾਂ ਸਿੱਖਣਾ ਕੀ ਹੈ ਫਿਰ ਬਦਲਣਾ ਕੀ ਹੈ? ਜੇ ਸਾਰਿਆਂ ਨੂੰ ਉਹ ਜੁਗਤ ਵੀ ਆ ਜਾਏ ਰੱਬ ਦੀ ਮਰਜ਼ੀ ਨੂੰ ਹੀ ਜੀਵਨ ਦੀ ਜੁਗਤ ਬਣਾਉਣਾ ਨਾ ਤੇ ਰੱਬ ਦੀ ਮਰਜ਼ੀ ਜਿਹੜੀ ਹੈ ਉਹਨੂੰ ਜਾਣਨਾ ਹੀ ਜੁਗਤ ਜਾਣਨਾ। ਤੇ ਗੁਰੂ ਨਾਨਕ ਨੇ ਆਖ ਦਿੱਤਾ ਜੈਸੀ ਮੈਂ ਆਵੇ ਖਸਮ ਕੀ ਬਾਣੀ ਉਹ ਜੁਗਤ ਹੈ। ਹੋ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀ ਉਹ ਜੁਗਤ ਹੈ। ਜੋਤ ਸਾਰਿਆਂ ਵਿੱਚ ਹੈ ਜੁਗਤ ਸਾਰਿਆਂ ਵਿੱਚ ਨਹੀਂ। ਪਰ ਜਿੱਥੋਂ ਤੱਕ ਗੁਰੂ ਧਾਮਿਆਂ ਦਾ ਸਵਾਲ ਹੈ ਉੱਥੇ ਨਿਰੀ ਜੋਤ ਨਹੀਂ ਅੱਗੇ ਗਈ ਨਾਲ ਜੁਗਤ ਵੀ ਗਈ। ਇਸ ਲਈ ਇਹ ਨਹੀਂ ਆਖਿਆ ਜਾ ਸਕਦਾ ਕਿ ਗੁਰੂ ਨਾਨਕ ਕੁਝ ਹੋਰ ਕਹਿੰਦੇ ਨੇ ਕੁਝ ਹੋਰ ਕਰਦੇ ਨੇ ਗੁਰੂ ਅਰਜਨ ਸਾਹਿਬ ਕੁਝ ਹੋਰ ਕਹਿੰਦੇ ਨੇ ਕੁਝ ਹੋਰ ਕਰਦੇ ਨੇ ਤਾਂ ਜੁਗਤ ਵੱਖਰੀ ਵੱਖਰੀ ਹੋ ਗਈ। ਅਸੀਂ ਉਸ ਜੁਗਤ ਨੂੰ ਵਰਤਨ ਦੇ ਜਿਹੜੇ ਵੱਖ ਵੱਖ ਰੂਪ ਨੇ ਉਹਨੂੰ ਸਮਝਣਾ। ਇੱਥੇ ਭੱਟਾ ਨੇ ਇਹ ਗੱਲ ਕਹਿ ਦਿੱਤੀ ਜੋਤ ਉਹ ਆ ਜੁਗਤ ਸਾ ਜੋਤ ਵੀ ਹੋ ਜੁਗਤ ਵੀ ਹੋ ਬਦਲੀ ਨਹੀਂ। ਜੋਤ ਉਹ ਜੁਗਤ ਸਾਏ ਤੇ ਪਲਟਿਆ ਕੀ
ਜਿਹੜਾ ਪੰਜਵਾਂ ਹੋਇਆ, ਇੱਕ ਤੋਂ ਦੂਜਾ, ਦੂਜੇ ਤੋਂ ਤੀਜਾ, ਤੀਜੇ ਤੋਂ ਚੌਥਾ, ਚੌਥੇ ਤੋਂ ਪੰਜਵਾਂ ਹੋਇਆ, ਮੂਰਤ ਪੰਜ ਪ੍ਰਮਾਣ ਜਿਹੜਾ ਹੋਇਆ ਉਹ ਤਾਂ ਸਰੀਰ ਸੀ, ਉਹ ਮੂਰਤ ਸੀ। ਗੁਰਬਾਣੀ ਨੂੰ ਬੜੀ ਗਹਿਰਾਈ ਨਾਲ ਮੈਂ ਅੱਜ ਦੀ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ। ਮੂਰਤ ਪੰਜ ਪ੍ਰਮਾਣ ਪੁਰਖ ਉਹ ਜਾਮਾ ਉਹ ਮੂਰਤ ਜਿਹਦੇ ਵਿੱਚ ਜੋਤ ਤੇ ਜੁਗਤ ਉਹ ਚੱਲਦੀ ਰਹੀ, ਉੱਥੇ ਪਹੁੰਚ ਗਈ, ਉੱਥੇ ਵੀ ਜੋਤ ਉਹ ਅਸੀਂ ਇਸੇ ਲਈ ਕਹਿ ਦਿੱਤਾ ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਅਰਜਨ ਮਾਹੇ ਤਾਰੀ, ਜੋਤ ਉਹ ਅਸੀਂ ਜੁਗਤ ਵੀ ਸਾਏ ਸਿਰਫ ਕਾਇਆ ਮੂਰਤ ਭਗਤੀ ਸੀ। ਉਸ ਮੂਰਤ ਦਾ ਨਾਂ ਸੀ ਮੂਰਤ ਪੰਚ ਪ੍ਰਮਾਣਕ ਪੁਰਖ, ਕਿਉਂਕਿ ਉਹ ਮੂਰਤ ਪੰਜਵੇਂ ਸੀ। ਕਹਿਣ ਲੱਗੇ ਆਓ ਮੈਂ ਤੁਹਾਨੂੰ ਉਸ ਪੰਚ ਪ੍ਰਮਾਣ ਪੁਰਖ ਦੀ ਜਿਹੜੀ ਮੂਰਤ ਹੈ ਨਾ ਉਹਦੀ ਜੁਗਤ ਤੁਹਾਨੂੰ ਸਮਝਾਉਣਾ ਚਾਹੁੰਦਾ, ਤਾਂ ਕਿ ਇਹ ਕੋਈ ਨਾ ਸਮਝੇ ਇਹ ਵੱਖਰੀ ਜੁਗਤ ਹੈ। ਉਹਦੇ ਵਿੱਚੋਂ ਅਰਜਨ ਗੁਰੂ ਅਰਜਨ ਦਿਸਦਾ, ਮੇਰੀ ਮੂਰਤ ਵਿੱਚੋਂ ਤਾਂ ਅਰਜਨ ਦਿਸਦਾ। ਜਦੋਂ ਗੁਰੂ ਅਰਜਨ ਨੂੰ ਦੇਖਣਾ ਤਾਂ ਉਸ ਜੁਗਤ ਵਿੱਚੋਂ ਦੇਖਣਾ। ਲਓ ਇੱਥੇ ਮੈਂ ਰੁਕਣਾ ਚਾਹੁੰਦਾ। ਗੁਰੂ ਅਰਜਨ ਦੇ ਨਾਲ ਤਾਂ ਉਹ ਜੁਗਤ ਦੇਖਣੀ ਹੈ ਵੀ ਕੀ ਗੁਰੂ ਅਰਜਨ ਕੋਲ ਉਹ ਜੁਗਤ ਹੈ ਜਿਹੜੀ ਗੁਰੂ ਨਾਨਕ ਕੋਲ ਹੈ। ਪਾਰਟੀ ਆਪਣੀ ਜ਼ਬਾਨ ਨੂੰ ਕਹਿੰਦੇ ਨੇ ਭੈ ਭੰਜਨ ਡਰ ਦੂਰ ਕਰਨਾ, ਕਿਸੇ ਦਾ ਭੈ ਨਾ ਰੱਖਣਾ, ਸੰਸਾਰ ਤੋਂ ਡਰਨਾ ਨਾ, ਦੁੱਖਾਂ ਤੋਂ ਪਾਪਾਂ ਤੋਂ ਕਲੇਸ਼ਾਂ ਡਰਨਾ, ਜ਼ੁਲਮ ਤੋਂ ਭੈ ਨਾ ਖਾਣਾ। ਗੁਰੂ ਨਾਨਕ ਵੀ ਆਖਦਾ ਕਿ ਮੈਨੂੰ ਭੈ ਨਹੀਂ ਆਉਂਦਾ ਬਾਦਸ਼ਾਹ ਕੋਲੋਂ ਉਹਦੇ ਸਾਹਮਣੇ ਖਲੋ ਕੇ ਬੋਲ ਸਕਣਾ। ਤੇ ਗੁਰੂ ਅਰਜਨ ਪਾਤਸ਼ਾਹ ਵੀ ਕਹਿੰਦੇ ਨੇ ਮੈਨੂੰ ਭੈ ਨਹੀਂ ਆਉਂਦਾ ਜਹਾਂਗੀਰ ਕੋਲੋਂ, ਭੈ ਨਿਵਾਰਨ। ਤੇ ਇਹ ਨਹੀਂ ਕਿ ਮੇਰਾ ਸੰਘਰਸ਼ ਕੋਈ ਆਪਣੇ ਲਈ ਹੈ, ਨਾ ਗੁਰੂ ਨਾਨਕ ਦਾ ਸੰਘਰਸ਼ ਆਪਣੇ ਲਈ ਸੀ। ਮੈਂ ਇੱਕ ਵਾਰ ਕੀਤੀ ਸੀ ਪਿਛਲੇ ਦਿਨ ਕਿ ਗੁਰੂ ਨਾਨਕ ਨੇ ਘਰ ਛੱਡਿਆ, ਜੰਗਲਾਂ ਵਿੱਚ ਹਜ਼ਾਰਾਂ ਘੋਲ ਦਾ ਸਫ਼ਰ ਕੀਤਾ, ਅੱਜ ਵਾਲੇ ਸਾਧਨ ਵੀ ਨਹੀਂ ਸਨ, ਪਰਿਵਾਰ ਛੱਡਿਆ, ਇੰਨੀਆਂ ਆਪਣੇ ਵਿੱਚ ਉੱਡ ਲੰਘੇ, ਲੋਕਾਂ ਨੇ ਇੱਟਾਂ ਪੱਥਰ ਵੀ ਮਾਰ ਦਿੱਤੇ ਕਿ ਆਪਣੇ ਲਈ। ਅਗਲਾ ਲਫ਼ਜ਼ ਪਰ ਪੀਰ ਨਿਵਾਰਨ, ਦੂਜਿਆਂ ਦੀ ਪੀੜਾ ਹਾਰਨ ਲਈ, ਇਹ ਵੇਖ ਕੇ ਕਿ ਬਾਬਾ ਦੇਖੇ ਦੀ ਹਣ ਧਰ ਜਲਤੀ ਸਭ ਪ੍ਰਿਥਵੀ ਦਿਸ ਆਏ। ਜਦੋਂ ਉਹਨੇ ਸੰਸਾਰ ਨੂੰ ਦੁੱਖਾਂ ਵਿੱਚ ਦੇਖਿਆ ਤੇ ਪਰ ਪੀਰ ਨਿਵਾਰਨ ਦਾ ਉਹਦਾ ਨਿਯਮ ਸੀ, ਬਾਬਾ ਤੁਰ ਪਿਆ। ਮੈਂ ਗੁਰੂ ਜੀ ਪਾਤਸ਼ਾਹ ਜੀ ਵੱਲੋਂ ਜੇ ਪੈ ਭੰਜਨ ਪਰ ਪੀਰ ਨਿਵਾਰਨ, ਕਲ ਸਹਾਰ ਤੋਹੇ ਜਿਸ ਵਕਤਾ, ਕਲ ਸਹਾਰ ਜਿਹੜਾ ਪਾਠ ਹੈ ਉਹ ਗੁਰੂ ਅਰਜਨ ਪਾਤਸ਼ਾਹ ਜੀ ਦੀ ਸਿਫਤ ਕਰ ਰਿਹਾ, ਸਿਫਤ ਗੁਰੂ ਅਰਜਨ ਸਾਹਿਬ ਦੀ ਕਰ ਰਿਹਾ। ਪਰ ਉਹਦੇ ਵਿੱਚ ਉਹਦੀਆਂ ਨਿਸ਼ਾਨੀਆਂ ਦੋ ਦੱਸ ਰਿਹਾ ਹੈ ਮੇਨ, ਜਿੱਥੋਂ ਕਹਿੰਦਾ ਇੱਥੋਂ ਗੁਰੂ ਅਰਜਨ ਨੂੰ ਦੇਖ ਲਓ, ਗੁਰੂ ਅਰਜਨ ਪਿੱਛੋਂ ਲੈ ਲਓ। ਉਹ ਹੈ ਪਹਿ ਭੰਜਨ ਪਰ ਪੀਰ ਨਿਵਾਰਨ, ਕਲ ਸਹਾਰ ਤੋਹੇ ਜਸ ਵਕਤਾ, ਕੁਲ ਸੋਢੀ ਗੁਰੂ ਰਾਮਦਾਸ ਤਨ, ਧਰਮ ਤੁਜਾ ਅਰਜਨ ਹਰ ਭਗਤਾ। ਆਓ ਗੁਰੂ ਅਰਜਨ ਪਿੱਛੋਂ ਲੈਣ ਉਹਨੂੰ ਦੇਖ ਲਓ। ਜਗ ਔਰ ਨ ਯਾਹੇ ਮਹਾਤਮ ਮੈਂ, ਅਵਤਾਰ ਉਜਾਗਰ ਆਰਤ
ਕਿ ਕਿਤੇ ਭੁੱਲ ਨਾ ਜਾਏ ਇਹ ਪੱਧਰ ਤੇ ਮਤ ਸੁਣ ਕਹਿ ਰਹੇ ਮਨ ਕਿਤੇ ਭੁੱਲ ਜਾਏ ਤੇ ਸਮਝੇ ਉਸ ਜੋਤ ਰੂਪ ਵਿੱਚ ਤੇ ਗੁਰੂ ਅਰਜਨ ਵਿੱਚ ਕੋਈ ਭੇਦ ਸੀ ਫਰਕ ਸੀ ਸਾਰੀ ਗੱਲ ਉਸ ਗੱਲ ਦਾ ਜਵਾਬ ਹੈ ਕਹਿੰਦੇ ਨੇ जे गुरु अर्जन पातशाह जी नूं देखना है ते निरा साखी कारां कोलों ना देख गुरु अर्जन साहब नूं आ शहीदी नूं लै लो साखी कार बने कारां ने इतिहासकारां ने भी वक्ख वक्ख ढंग नाल गुरु अर्जन सानूं दिखाया है ਲੋਹਾਂ ਤੇ ਬੈਠਾ ਦਿਖਾਇਆ ਉਬਲਦੀਆਂ ਦੇਗਾਂ ਵਿੱਚ ਬੈਠਾ ਦਿਖਾਇਆ ਗਰਮ ਰੇਤੀਆਂ ਵਿੱਚ ਬੈਠਾ ਦਿਖਾਇਆ ਹੈ ਪਰ ਇੱਕ ਖਿਆਲ ਕਰਿਓ ਇਹ ਗੱਲ ਬੜੀ ਸੋਚਣ ਵਾਲੀ ਹੈ ਜਿੰਨੇ ਇਤਿਹਾਸਕਾਰ ਨੇ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੇ ਨਾਲ ਸੰਬੰਧ ਰੱਖਦੇ ਇਹੀ ਗੱਲ ਤੇ ਅਸੀਂ ਬਚਿੱਤਰ ਨਾਟਕ ਵਾਲਿਆਂ ਨੂੰ ਪੁੱਛਦੇ ਹਾਂ ਪੜ੍ਹਿਓ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਜ਼ਿਕਰ ਕਿਉਂ ਨਹੀਂ ਉਹਨਾਂ ਨੂੰ ਲੋੜ ਨਹੀਂ ਪ੍ਰਤੀਤ ਹੋਈ ਬਚਿੱਤਰ ਨਾਟਕ ਵਿੱਚ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਕੋਈ ਜ਼ਿਕਰ ਨਹੀਂ ਕਿਉਂ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਜ਼ਿਕਰ ਕਿਉਂ ਹੈ ਲੇਕਿਨ ਇੱਕੋ ਗੱਲ ਤੇ ਖੜਾ ਕਰਕੇ ਜ਼ਿਕਰ ਹੈ ਉਹ ਇਹ ਕਿ ਤਿਲ ਤੇ ਜੰਜੂ ਰੱਖਾ ਪ੍ਰਭ ਤਰਖਾ ਸਾਡੇ ਲਈ ਬਸ ਤੇ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਨਾਲ ਇਹ ਗੱਲ ਨਹੀਂ ਸੀ ਉਹਨਾਂ ਨੂੰ ਮਿਲਦੀ ਇਸ ਲਈ ਉਹਨਾਂ ਜ਼ਿਕਰ ਹੀ ਨਹੀਂ ਕੀਤਾ ਲੋੜ ਹੀ ਨਹੀਂ ਨਹੀਂ ਤਾਂ ਸ਼ਹੀਦੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਦੀ ਹੋਈ ਪਰ ਚਲੋ ਮੈਂ ਅੱਗੇ ਵਧਣਾ ਚਾਹੁੰਦਾ ਸੁਭਾਅ ਆਪਾਂ ਇੱਥੇ ਵਿਚਾਰ ਦਾ ਕੇਂਦਰ ਰੂਪ ਇਕੱਠੇ ਹੋ ਰਹੇ ਹਾਂ ਵਿਚਾਰ ਨਹੀਂ ਹੁਣ ਇਤਿਹਾਸਕਾਰ ਜਿੰਨੇ ਨੇ ਕਿਸੇ ਨਾ ਕਿਸੇ ਰੂਪ ਵਿੱਚ ਸ਼ਹੀਦੀ ਨੂੰ ਚਿੱਤਰ ਰਹੇ ਨੇ ਭਾਈ ਸੰਤੋਖ ਸਿੰਘ ਸਭ ਤੋਂ ਜ਼ਿਆਦਾ ਵੱਡਾ ਇਤਿਹਾਸਕਾਰ ਮੰਨਿਆ ਜਾਂਦਾ ਉਹ ਗੁਰੂ ਸਾਹਿਬ ਤੋਂ ਇਸ ਸ਼ਹੀਦੀ ਤੋਂ ਘੱਟੋ ਘੱਟ 250 ਵਰ੍ਹਾ ਦੇ ਕਰੀਬ ਲਗਭਗ ਬਾਅਦ ਵਿੱਚ ਪੈਦਾ ਹੋਇਆ 250 ਵਰ੍ਹਾ ਬਾਅਦ ਕੋਈ ਗੱਲ ਕਰੇ ਕਿਸੇ ਦੀ ਉਹਦੇ ਵਿੱਚ ਜ਼ਰੂਰ ਕੁਝ ਨਾ ਕੁਝ ਬਦਲ ਜਾਏਗਾ ਖੈਰ ਉਹਨੇ ਤਾਂ ਬਹੁਤ ਕੁਝ ਬਦਲਿਆ ਮੈਂ ਉਸ ਵਿਸਥਾਰ ਵਿੱਚ ਨਾ ਜਾਵਾਂ ਕੇਵਲ ਐਗਜ਼ਾਮਪਲ ਦੇ ਕੇ ਅੱਗੇ ਵਧਣਾ ਚਾਹੁੰਦਾ 250 ਵਰ੍ਹਾ ਬਾਅਦ ਹੋਇਆ ਅੱਜ ਇਤਰਾਜ਼ ਵੀ ਉੱਠ ਰਿਹਾ ਹੈ ਹੋਰ ਪੁਸਤਕ ਮੇਰੇ ਸਾਹਮਣੇ ਆਈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਮੈਂ ਚਾਹੁੰਦਾ ਹਰ ਚੀਜ਼ ਦੇ ਸਾਡੇ ਕੋਲ ਕਿ ਅਸੀਂ ਵਿਚਾਰ ਦੇ ਕੇਂਦਰ 'ਚ ਬੈਠੇ ਹਾਂ ਪ੍ਰੂਫ ਵਜੋਂ ਹੋਵੇ ਇਸ ਪੁਸਤਕ ਦਾ ਲਿਖਾਰੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਸ਼ਹੀਦੀ ਤੋਂ ਕਰੀਬ 150 ਵਰ੍ਹਾ ਬਾਅਦ ਹੈ ਗੁਰੂ ਦਸਮ ਪਾਤਸ਼ਾਹ ਜੀ ਤੋਂ ਵੀ ਲਗਭਗ 50 ਸਾਲ ਬਾਅਦ ਲਿਖੀ ਕਹੀ ਜਾਂਦੀ ਤੇ ਹੱਥ ਲਿਖਤ ਸੀ
इनू 1970 के आस पास हूँ प्रिंट कराया गया। क्यों? हर गल के पिछे स्वागना हूँ देखना है कि इस लिखत को किन्नी इंपॉर्टेंस दी जा रही है। साडा दुखांत की है कि साडे केंद्र तो ये चीज़ा पछाणिया नहीं गई, जा समझ लो जान के इन्हों थां दी गई है। सिख इतिहास की गल तुसी आम सुनते उनका केस भी चल रहे, आखिर असं किनू केंद्र समझिए, किन्दे आधार से अपने जीवन की जुगत पैदा करिए। हुण इस दी संपादना जिवें गुरु बिलास पातशाह 6वें दी संपादना करन वाला जथेदार जोगिंदर सिंह वेदांती अज जीवंदा बैठा है, उन्हें आप कीती है। और उदों उन्हें कहा भी है कि हर गुरुद्वारे विच इहदी कथा होनी चाहिए। और एक कहण वाला मनुख जीवंदा बैठा है, श्रोमणी कमेटी नूं मजबूर हो के वह गुरु बिलास पातशाह 6वें बैठ करन दा एक ड्रामा करना पर एक किसी ने पूछा भी गल क्यों हुई, जिस पुस्तक में जे इन्ना कुछ गलत है कि उन्होंने बैन करना पै रहा है, तो उन्होंने करने वाला साडा जथेदार है, आखिर क्यों उन्हें कुछ छुट जाएगा। चलो हुण आ पुस्तक नूं दोबारा संपादना करने वाला ते इहनूं छपवाण वाला प्रिंट करन वाला जिहड़ा लिखारी है प्यारा सिंह पदम, वह भी जीवंदा बैठा इस वेले मौजूद है। उनके लफज मैं थोड़े नाल सांझे करने चाहना। वो अपनी पहली भूमिका में एक लफज लिखता है, कहता है ये बंसावली नामा दसां पातशाहियां का 18वीं सदी का अमोलिक ग्रंथ है। मैं सिर्फ एक एक लाइन पढ़ना सांझी करना चाहता, 18वीं सदी का, क्योंकि 1770 के करीब जाके इन लिखिया कहते गुरु दसम पातशाह जी के ज्योति जोत समान तो लगभग 50 वरे 60 वरे बाद, गुरु अर्जन साहब तो करीब 150 वरे बाद। इन 18वीं सदी का वो अमोलक ग्रंथ लिख रहा है। इनका मतलब साड़िया जड़िया लाइब्रेरियां ने जिन्होंने असी सेंट्रल लाइब्रेरी है कह जिन्होंने रोने अज तक रोले लै गए हैं, उन्होंने लाइब्रेरियां का शिंगार ने ये ग्रंथ। लिखने वाला भी कह रहा है कि 18वीं सदी का अमोलिक ग्रंथ है। हुण यह भी 150 साल बाद गुरु अर्जन साहब की शहीदी का जिक्र कर रहे हैं। लो मैं थोड़े सामने ये दो चीज़ रखना चाहता, असं कितने घुस रहे हैं, यह सारा कुछ 150 से 250 वरा बाद होंदा है। पर भाई गुरदास जिहड़ा है वो गुरु अर्जन साहब की शहीदी के समय मौजूद है, उनके जीवन काल का दृश्य है। भाई गुरदास गुरु अर्जन साहब के मामा जी सन, मामे लगते सन, कजन ब्रदर सन बीबी भाणी दे, मामा जी सन भले सन। हुण असीं सब तो ज्यादा जिन्हां दे सामने जिन्हां दी मौजूदगी विच शहीदी हुंदी है जीवन काल विच उहदी लिखत नूं पहल दईए कि 250 साल जां 150 बाद दी लिखत नूं पहल दईए। हुण सोचियो साडे विच प्रचलित की चीज़ां ने। भाई गुरदास ने गुरु अर्जन साहब की शहीदी का जिक्र संखेप किया, कोई उस तबीआं लोहां का जिक्र नहीं, कोई उनके गर्मरेतियां का उबली देख का कोई जिक्र नहीं। एक गल कभी हो सकता सी भाई गुरदास वर्गे कोल रहने वाले वो भुल जाते, उन्होंने केवल धार्मिक नजरिए उस विचारधारा के स्पष्ट रूप में प्रगट किया। कह लें गुर दरिया गुरु अर्जन पातशाह मन शब्द गुरु के दरिया हमेशा रेंदे सन, ते इउं जुड़ के रेंदे सन
ਮਾਨੋ ਜਿਵੇਂ ਮੀਨ ਕੁਲੀਨ ਹੇਤ ਨਿਰਬਾਣੀ ਜਿਵੇਂ ਮੱਛੀ ਪਾਣੀ ਵਿੱਚ ਪਾਣੀ ਦੇ ਤਲਾਬ ਵਿੱਚ ਮਸਤ ਰਹਿੰਦੀ ਉਹਦਾ ਸੁਖ ਉਹਦਾ ਜੀਵਨ ਉਹ ਪਾਣੀ ਹੈ ਮੱਛੀ ਦੇ ਪਰਿਵਾਰ ਵਾਂਗ ਜੀਵਨ ਮਰਨ ਨਾ ਵਿਸਰੇ ਪਾਣੀ ਭਾਈ ਗੁਰਦਾਸ ਮੀਨ ਕੁਲੀਨ ਹੇਤ ਨਿਰਬਾਣੀ ਸ਼ਬਦ ਸੁਰਤ ਅਦਰਸ਼ਨ ਦੇਖ ਪਤੰਗ ਜਿਉ ਜੋਤੀ ਅੰਦਰ ਜੋਤ ਸਮਾਣੀ ਉਹ ਉਹਦੇ ਵਿੱਚ ਰਹਿ ਕੇ ਸ਼ਬਦ ਗੁਰੂ ਨਾਲ ਜੁੜ ਕੇ ਰਹਿੰਦੇ ਸਨ ਜਿਵੇਂ ਪਤੰਗਾ ਸ਼ਮਾ ਨੂੰ ਵੇਖ ਕੇ ਆਪਣਾ ਜੀਵਨ ਉਸੇ ਤੇ ਨਿਰਭਰ ਕਰਦਾ ਇੱਥੇ ਬਸ ਨਹੀਂ ਸ਼ਬਦ ਸੁਰਤ ਲਿਵ ਮਿਰਗ ਜਿਉ ਭੀੜ ਪਈ ਚਿੱਤ ਅਵਰ ਨਾ ਆਣੀ ਸ਼ਬਦ ਨਾਲ ਲਿਵ ਇਉਂ ਜੁੜੀ ਹੋਈ ਸੀ ਬਾਣੀ ਨਾਲ ਅੰਮ੍ਰਿਤ ਸ਼ਬਦ ਨਾਲ ਲਿਵ ਇਉਂ ਜੁੜੀ ਹੋਈ ਸੀ ਮਨ ਨੂੰ ਜਿਵੇਂ ਮਿਰਗ ਦੀ ਕੰਡੇ ਹੇੜੇ ਦੀ ਆਵਾਜ਼ ਨਾਲ ਸੁਰਤ ਜੁੜ ਜਾਂਦੀ ਹੈ ਉਹਦੇ ਸਾਹਮਣੇ ਖਲੋਤਾ ਸ਼ਿਕਾਰੀ ਪਰ ਉਹ ਸ਼ਿਕਾਰੀ ਦਾ ਖੌਫ ਨਹੀਂ ਖਾਂਦਾ ਉਹਨੂੰ ਸ਼ਿਕਾਰੀ ਦੇ ਤੀਰ ਦਾ ਕੋਈ ਡਰ ਨਹੀਂ ਕੋਈ ਭੈ ਨਹੀਂ ਉਹ ਜਿਸ ਪਾਸਿਓਂ ਉਹਨੂੰ ਉਹ ਕੰਡੇ ਹੇੜੇ ਦੀ ਆਵਾਜ਼ ਆਉਂਦੀ ਹੈ ਨਾ ਉੱਧਰ ਬੇਖੌਫ ਹੋ ਕੇ ਸੜਮੁਖ ਹੋ ਕੇ ਦੌੜਿਆ ਜਾਂਦਾ ਕਹਿਣ ਲੱਗੇ ਗੁਰੂ ਅਰਜਨ ਪਾਤਸ਼ਾਹ ਇਹ ਗੱਲ ਹੁਣ ਭਾਈ ਗੁਰਦਾਸ ਲਿਖ ਰਹੇ ਨੇ ਉਹ ਕਿਸੇ ਭੀੜ ਤੋਂ ਡਰਦੇ ਨਹੀਂ ਭੀੜ ਪਈ ਚਿੱਤ ਅਵਰ ਨਾ ਆਣੇ ਸ਼ਬਦ ਸੁਰਤ ਲਿਵ ਮਿਰਗ ਜਿਉ ਭੀੜ ਪਈ ਚਿੱਤ ਅਵਰ ਨਾ ਆਣੀ ਅਗਲੀ ਲਾਈਨ ਪੜ੍ਹੋ ਕਿਹੜੇ ਸਪਸ਼ਟ ਸੰਖੇਪ ਲਫ਼ਜ਼ਾਂ ਵਿੱਚ ਸ਼ਹੀਦੀ ਦਾ ਜ਼ਿਕਰ ਇੱਕੋ ਇਹੋ ਪੌੜੀ ਹੈ ਭਾਈ ਗੁਰਦਾਸ ਜੀ ਦੀ ਜਿਹੜੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹੀਦੀ ਦਾ ਜ਼ਿਕਰ ਸਪਸ਼ਟ ਰੂਪ ਵਿੱਚ ਕਰਦੀ ਹੈ ਉੱਥੇ ਉਹ ਕਹਿੰਦੇ ਨੇ ਕਹਿੰਦੇ ਚਰਨ ਕਮਲ ਮਿਲ ਭਵਰ ਜਿਉ ਰੱਬੀ ਪ੍ਰਭੂ ਦੇ ਚਰਨ ਕਮਲਾਂ ਨਾਲ ਸੁਰਤ ਇਉਂ ਜੁੜੀ ਹੋਈ ਸੀ ਮਨ ਨੂੰ ਭਾਰਾ ਜਿਹੜਾ ਹੈ ਉਹ ਕਮਲ ਫੁੱਲ ਵਿੱਚ ਬੈਠਾ ਹੈ ਤੇ ਜਿਵੇਂ ਕਮਲ ਫੁੱਲ ਵਿੱਚ ਬੈਠੇ ਹੋਏ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਹੁੰਦਾ ਹਾਲਾਂਕਿ ਉਹਨੂੰ ਪਤਾ ਹੋਵੇ ਕਿ ਕਮਲ ਫੁੱਲ ਦੇ ਵਿੱਚ ਬੈਠਿਆ ਹੀ ਉਹਦੀ ਮੌਤ ਹੋ ਜਾਣੀ ਪਰ ਕਹਿੰਦਾ ਨਹੀਂ ਮੈਂ ਇਹਨੂੰ ਨਹੀਂ ਛੱਡ ਸਕਦਾ ਕਹਿੰਦੇ ਚਰਨ ਕਮਲ ਮਿਲ ਭਰ ਜਿਓ ਸੁਖ ਸੰਪਟ ਵਿੱਚ ਰਹਿਣ ਬਿਹਾਣੀ ਉਹ ਰਾਤ ਜਿਹੜੀ ਚੰਦੂ ਦੇ ਘਰ ਵਿੱਚ ਦੁੱਖਾਂ ਵਿੱਚ ਬੀਤੀ ਉਹ ਬੜੇ ਸੁੱਖ ਸੰਪਟ ਵਿੱਚ ਹੋ ਕੇ ਬੀਤੀ ਮਾਨੋ ਉੱਥੇ ਗੁਰੂ ਅਰਜਨ ਪਾਤਸ਼ਾਹ ਜੀ ਦਾ ਆਪਣਾ ਸ਼ਬਦ ਵੀ ਅਸੀਂ ਸੁਖਮਨੀ ਸਾਹਿਬ ਵਿੱਚ ਪੜ੍ਹਨੇ ਹਾਂ ਤਪਤ ਮਾਏ ਠਾਂਡ ਵਰਤਾਈ ਅਣਦ ਭਇਆ ਦੁੱਖ ਨਾਠੇ ਭਾਈ ਮੰਦੀ ਅਵਸਥਾ ਹੈ ਨਾ ਗੁਰੂ ਅਰਜਨ ਪਾਤਸ਼ਾਹ ਜੀ ਦੀ ਆਪਣੀ ਰਸਨਾ ਤੋਂ ਉਚਾਰੀ ਹੋਈ ਹੈ ਕਹਿਣ ਲੱਗੇ ਤਪਤ ਮਾਹੇ ਠੰਡ ਵਰਤਾਈ ਅਣਦ ਭਇਆ ਦੁੱਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੂਕਾ ਨਿਰਭਉ ਹੋਏ ਬਸੇ ਸਗਦ ਵਿਆਹ ਸਗਲ ਵਿਆਹ ਮਨ ਤੇ ਹੈ ਨਸੇ ਕਿਸੇ ਕਿਸਮ ਦੇ ਆਦੀ ਵਿਆਧੀ ਦਾ ਕੋਈ ਦੁੱਖ ਨਹੀਂ ਕੋਈ ਪਰੇਸ਼ਾਨੀ ਨਹੀਂ ਸਭ ਨਿਵਿਰਤ ਹੋ ਗਈਆਂ ਇਹ ਗੁਰੂ ਅਰਜਨ ਪਾਤਸ਼ਾਹ ਜੀ ਦਾ ਆਪਣਾ ਵਚਨ ਹੈ ਭਾਈ ਗੁਰਦਾਸ ਆਖ ਰਹੇ ਨੇ ਕਹਿੰਦੇ ਚਰਨ ਕਮਲ ਮਿਲ ਭਰ ਜਿਓ ਸੁੱਖ ਸੰਪਟ ਵਿੱਚ ਰਹਿਣ ਬਿਹਾਣੀ ਉਹ ਰਾਤ ਜਿਹੜੀ ਬੀਤੀ ਉਹ ਸੁੱਖ ਸੰਪਟ ਵਿੱਚ ਬੀਤ ਗਈ ਮਾਨੋ ਅੰਦਰ ਕੋਈ ਦੁੱਖ ਉਸ ਲੋਹ ਦਾ ਨਾ ਉਸ ਤੱਤੀ ਲੋਹ ਦਾ ਨਾ ਹੋਰ ਮਿਲਣ ਵਾਲੇ ਦੁੱਖਾਂ ਦਾ ਕਲੇਸ਼ਾਂ ਦਾ ਕਿਸੇ ਕਿਸਮ ਦਾ ਕੋਈ ਰਾਤ ਸਿਰਫ ਬੀਤੀ ਇੱਕ ਰਾਤ ਇੱਥੇ ਇਤਿਹਾਸਕਾਰਾਂ ਨੇ ਕਿਸੇ ਨੇ ਤਿੰਨ ਰਾਤਾਂ ਲਿਖ ਦਿੱਤੀਆਂ ਕਿਸੇ ਨੇ ਪੰਜ ਰਾਤਾਂ ਲਿਖ ਦਿੱਤੀਆਂ ਜਿਹਨੂੰ ਕਹਿੰਦੇ ਨੇ ਅੱਖ ਤੱਕ ਪੰਜ ਰਾਤਾਂ ਭਰਾ ਕੋਈ ਤੱਤੀ ਲੋਹ ਜਾਂ ਗਰਮ ਰੇਤੇ ਜਾਂ ਉਹ ਬੁੱਧੀ ਦੇਗ ਵਿੱਚ ਉਬਲਦਿਆ ਹੋਇਆ ਜੀਵਨ ਜਿਉਂਦਾ ਰਹਿ ਸਕਦਾ ਉੱਥੇ ਤਾਂ ਸਰੀਰਕ ਹੈ ਸਰੀਰਕ ਜੀਵਨ ਜਿਹੜਾ ਨਾ ਉਹ ਜੋਤ ਹੈ ਨਾ ਉਹ ਜੋਤ ਹੈ ਸਰੀਰ ਦੀ ਆਪਣੀ ਕਿਰਿਆ ਪਰ ਭਾਈ ਗੁਰਦਾਸ ਜੀ ਨੇ ਬੜੀ ਖੂਬਸੂਰਤ ਗੱਲ ਛੋਟੀ ਜਿਹੀ ਕਰ ਦਿੱਤੀ ਬੜੇ ਸੰਖੇਪ ਲਫ਼ਜ਼ਾਂ ਵਿੱਚ ਕਿ ਸੁੱਖ ਸੰਪਟ ਵਿੱਚ ਰਹਿਣ ਬਿਹਾਣੀ ਹੁਣ ਇਹਨੂੰ ਮੰਨੀਏ
ਕਿ ਉਹਨਾਂ ਇਤਿਹਾਸਕਾਰਾਂ ਨੂੰ ਮਿਲੀਏ। ਲਓ ਮੈਂ ਉਹ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਰੱਖਣਾ ਚਾਹੁੰਦਾ। ਇਹ ਜਿਹੜਾ ਭਾਈ ਸੰਤੋਖ ਸਿੰਘ ਤੋਂ ਵੀ ਨੇੜੇ ਦਾ ਲਿਖਾਰੀ ਜਿਹਦੀ ਸੰਪਾਦਨਾ ਕਰਨ ਵਾਲਾ ਪਿਆਰਾ ਸਿੰਘ ਪਦਮ ਪਹਿਲੀ ਲਾਈਨ ਲਿਖ ਰਿਹਾ ਕਿ ਇਹ 18ਵੀਂ ਸਦੀ ਦਾ ਅਮੋਲਕ ਗ੍ਰੰਥ ਹੈ। ਦੇਖੋ ਕਿੱਥੇ ਕਿੱਥੇ ਸਾਡੇ ਨਾਲ ਹੋ ਰਹੀ ਹੈ ਔਰ ਅਸੀਂ ਬਿਲਕੁਲ ਨਹੀਂ ਜਾਣੇ। ਅਸੀਂ ਇਸ ਪਾਸੇ ਟਾਈਮ ਹੀ ਸਮਝ ਨਹੀਂ ਸਾਡੇ ਕੋਲ ਕਿ ਅਸੀਂ ਆਪਣਾ ਵਿਰਸਾ ਅਤੇ ਆਪਣਾ ਪਿਛੋਕੜ ਪਛਾਣ ਸਕੀਏ। ਇਸ ਗੱਲੋਂ ਜਿਵੇਂ ਮੈਂ ਰਾਤ ਅਰਜ਼ ਕੀਤੀ ਸੀ ਨਾ ਕਿ ਮਿਰਗ ਦੌੜਦਾ ਉਹਦੇ ਪਿੱਛੇ ਬਾਕੀ ਮਿਰਗ ਵੀ ਦੌੜ ਪੈਂਦੇ। ਮਿਰਗਾਂ ਜਾਨਵਰਾਂ ਹੁੰਦੀਆਂ ਅਤੇ ਵਾਇਰਸ ਕੀਤੀ ਸੀ ਉਹਨਾਂ ਦਾ ਕੀ ਸੁਭਾਅ ਹੈ। ਜਿੱਥੋਂ ਇੱਕ ਮਿਰਗ ਨੇ ਲੰਘਣਾ ਹੈ, ਹਰਨ ਨੇ ਲੰਘਣਾ, ਉੱਥੇ ਬਾਕੀ ਸਾਰੇ ਹਰਨ ਉਸੇ ਦੇ ਪਿੱਛੇ ਜਾਣਗੇ। ਇਸੇ ਲਈ ਸ਼ਿਕਾਰੀ ਜਿਹੜਾ ਉਹ ਇੱਕ ਹਰਨ ਨੂੰ ਪਾਲਦਾ, ਉਹਨੂੰ ਪੜਾਉਂਦਾ, ਉਹਨੂੰ ਟ੍ਰੇਨ ਕਰਦਾ ਤਾਂ ਕਿ ਤੂੰ ਇਸ ਟਾਈਮ 'ਤੇ ਇੱਧਰੋਂ ਜਦੋਂ ਦੌੜੇ ਤੇਰੇ ਨਾਲ ਉਹਨਾਂ ਨੂੰ ਉਸ ਹਰਨ ਹਰਨਾਂ ਦੀਆਂ ਡਾਰਾਂ ਵਿੱਚ ਸ਼ਾਮਿਲ ਕਰ ਦਿੰਦਾ। ਫਿਰ ਉਹ ਜਿੱਧਰ ਦੌੜਦਾ ਸਾਰੇ ਹੀ ਉਹਦੇ ਬਗਲ ਦੌੜਦੇ ਨੇ। ਮੈਂ ਕਿਹਾ ਸਾਡੀ ਹਾਲਤ ਵੀ ਇਹ ਹੋਈ ਹੈ, ਉਹਨਾਂ ਅਨਪੜ੍ਹ ਹਰਨਾਂ ਵਾਲੀ। ਸਾਡੇ ਵਿੱਚ ਕੁਝ ਹਰਨ ਛੱਡ ਦਿੱਤੇ ਗਏ ਨੇ, ਉਹ ਅੱਗੇ ਦੌੜਦੇ ਨੇ, ਅਸੀਂ ਪਿੱਛੇ ਦੌੜੇ ਜਾਂਦੇ ਹਾਂ, ਸਾਨੂੰ ਕੋਈ ਪਤਾ ਨਹੀਂ ਕਿੱਥੇ ਜਾ ਰਹੇ ਹਾਂ। ਸਾਡੇ ਸਾਹਮਣੇ ਕੀ ਹੈ ਜੇ ਅਸੀਂ ਨਹੀਂ ਵਿਚਾਰਾਂਗੇ ਤੇ ਆਖਰ ਕਿਹੜੀ ਕਿਹੜੀ ਚੀਜ਼ ਨੂੰ ਮੰਨਾਂਗੇ। ਇਸੇ ਲਈ ਅਰਜ਼ ਕੀਤੀ ਹੈ ਅਸੀਂ ਗੁਰਬਾਣੀ ਜਾਂ ਦੂਜੇ ਲਫ਼ਜ਼ਾਂ ਦੂਜੇ ਨੰਬਰ 'ਤੇ ਭਾਈ ਗੁਰਦਾਸ ਜੀ ਦੀ ਗੁਰਮਤਿ ਨਾਲ ਮੇਲ ਖਾਂਦੀ, ਅਸੀਂ ਇੱਥੇ ਨਹੀਂ ਟਿਕਾਂਗੇ ਤਾਂ ਸਾਨੂੰ ਪੜਾਅ ਪਾ ਲਿਆ ਜਾਏਗਾ। ਹੁਣ ਇਹ ਬਰਸਾਵੀ ਨਵਾਂ ਜਿਹੜਾ ਸੰਭਾਲ ਕੇ ਰੱਖਿਆ ਹੋਇਆ ਸਾਡੇ ਸਾਡੀਆਂ ਲਾਇਬ੍ਰੇਰੀਆਂ 'ਚ, ਸ਼੍ਰੋਮਣੀ ਕਮੇਟੀ ਦੀਆਂ ਲਾਇਬ੍ਰੇਰੀਆਂ ਵਿੱਚ, ਜਿਹਦੀ ਸੰਪਾਦਨਾ 'ਤੇ ਇਹ ਲਿਖਿਆ ਜਾਂਦਾ ਹੈ ਕਿ 18ਵੀਂ ਸਦੀ ਦਾ ਮਹਾਨ ਗ੍ਰੰਥ ਹੈ, ਅਮੋਲ ਗ੍ਰੰਥ ਹੈ। ਹੁਣ ਜ਼ਰਾ ਉਹਦੇ ਵਿੱਚ ਸ਼ਹੀਦੀ ਦਾ ਜ਼ਿਕਰ ਵੇਖੋ। ਇਸੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਸ਼ਹੀਦੀ ਨਿਰਣ ਦਿੱਤਾ ਸੀ। ਪੜ੍ਹ ਕੇ ਵੇਖ ਲਓ, ਵਿੱਚ ਮੈਂ ਉਦੋਂ ਅਰਜ਼ ਕੀਤੀ ਸੀ ਕਿ ਇਹਨੇ ਸਾਬਤ ਕੀਤਾ ਕਿ ਔਰੰਗਜ਼ੇਬ ਨੂੰ ਮੈਂ ਮਾਰਿਆ ਸੀ ਕਦੀ ਪਿਛਲੇ ਜਨਮ ਵਿੱਚ, ਹਰ ਗੱਲ ਨੂੰ ਦੁਆਪਰ ਵਿੱਚ ਲੈ ਕੇ ਗਿਆ ਕਿ ਦੁਆਪਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਆਪ ਕਹਿੰਦੇ ਨੇ, ਉੱਥੇ ਲਿਖਦਾ ਇਹ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਆਪ ਕਹਿੰਦੇ ਨੇ ਕਿ ਮੇਰਾ ਪਿਛਲਾ ਜਨਮ ਜਿਹੜਾ ਦੁਆਪਰ ਵਿੱਚ ਹੋਇਆ, ਮੇਰਾ ਨਾਂ ਰਾਮ ਰਤਨ ਸੀ, ਮੈਂ ਖੱਤਰੀ ਦੇ ਘਰ ਪੈਦਾ ਹੋਇਆ ਸੀ, ਸ਼ਾਹ ਦੇ ਘਰ ਪੈਦਾ ਹੋਇਆ ਸੀ। ਉਹ ਕਹਿੰਦਾ ਸੀ ਇਹਦੇ 'ਚ ਮੈਂ ਇਸ ਲਈ ਖਾ ਲਿਆ ਵੀ ਤੁਹਾਡਾ ਦਿਲ ਚਾਹੇ ਤੇ ਤੁਸੀਂ ਇਸ ਨੂੰ ਵਾਪ ਕਰ ਸਕਦੇ ਹੋ, ਪੜ੍ਹ ਸਕਦੇ ਹੋ। ਹੋਇਆ ਕੀ, ਮੈਂ ਬੱਚਾ ਸਾਂ, ਤੁਸੀਂ ਮਤੀ ਦਾਸ ਅਤੇ ਸਤੀ ਦਾਸ ਨੂੰ ਕਹਿ ਰਹੇ ਨੇ, ਤੁਸੀਂ ਮੇਰੇ ਸਾਥੀ ਸਾਂ, ਖੇਡਣ ਇਕੱਠੇ ਗਏ ਹਾਂ, ਛੱਪੜ ਵਿੱਚੋਂ ਨਿਕਲਿਆ ਕਛੂ ਘੁੰਮਾ, ਉਹਨੂੰ ਮਾਰਨ ਦੀ ਤੁਸੀਂ ਵੀ ਕੋਸ਼ਿਸ਼ ਕੀਤੀ, ਮਰਿਆ ਨਹੀਂ, ਮੈਂ ਉਹਨੂੰ ਸੰਭਾਲ ਕੇ ਉਡੀਕਦਾ ਰਿਹਾ। ਜਦੋਂ ਉਹਨੇ ਸਿਰ ਬਾਹਰ ਕੱਢਿਆ ਮੈਂ ਉਹਦੇ ਸਿਰ 'ਚ ਸੋਟਾ ਮਾਰਿਆ, ਉਹਨੂੰ ਮਾਰ ਦਿੱਤਾ, ਉਹ ਔਰੰਗਜ਼ੇਬ ਦਾ ਰੂਪ ਧਾਰਨ ਕਰ ਗਿਆ। ਹੁਣ ਉਹਨੂੰ ਮੈਂ ਮਾਰਿਆ ਸੀ, ਉਹਨੂੰ ਮੈਂ ਮੈਨੂੰ ਉਹਨੇ ਮਾਰਨਾ ਸੀ, ਮੈਂ ਤਾਂ ਆਪਣੀ ਲੈਣੀ ਦੇਣੇ ਦਾ ਸੰਬੰਧ, ਉਹ ਕੀਤੇ ਹੋਏ ਕਰਮ ਦਾ ਫਲ ਭੁਗਤ ਰਿਹਾ, ਸ਼ਹੀਦੀ ਦਾ ਕੋਈ ਮਤਲਬ ਨਾ ਰਿਹਾ। ਹੁਣ ਇਹ ਗੱਲ ਸਾਡੇ ਗ੍ਰੰਥਾਂ ਵਿੱਚ ਲਿਖੀ ਜਾ ਕੇ ਇਸ ਜਵਾਬ ਦਿਆਂਗੇ ਜਿਹਨੂੰ ਅਸੀਂ ਆਪਣੇ ਕਹਿੰਦੇ ਹਾਂ। ਉਹਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਇਹ ਰੋਕ ਦਿੱਤਾ। ਹੁਣ ਅੱਜ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਮਸਲਾ ਇਹਦੇ ਵਿੱਚ ਕੀ ਹੈ, ਇਹ ਫਿਰ ਸਾਨੂੰ ਦੁਆਪਰ ਵਿੱਚ ਲੈ ਗਿਆ। ਹਾਲਾਂਕਿ ਇੱਕ ਆ ਥਾਂ 'ਤੇ ਭੱਟਾਂ ਨੇ ਜੇ ਗੁਰੂ ਅਰਜਨ ਸਾਹਿਬ ਨੂੰ ਮਹਾਨ ਇੱਕ ਯੋਧੇ ਦੇ ਰੂਪ ਵਿੱਚ, ਅਰਜਨ ਦੇ ਜਿਹੜਾ ਪਾਂਡਵਾਂ ਦਾ ਅਰਜਨ ਹੋਇਆ ਹੈ ਉਹਦੇ ਨਾਮ ਨਾਲ ਜੋੜਿਆ ਅਤੇ ਗੁਰੂ ਸਾਹਿਬ ਨੇ ਉਸਦਾ ਜਵਾਬ ਦਿੱਤਾ ਲਫ਼ਜ਼ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਅਰਜਨ ਪੁਰਖ ਪ੍ਰਮਾਣ ਪਾਰ ਤੋਂ ਚੱਲੇ ਨਹੀਂ, ਸੁਰਟਾਈ ਬਾਣੀ ਜਿਵੇਂ ਸਵਈਏ ਨੇ ਨਾ ਭੱਟਾਂ ਦੇ, ਇਸ ਤਰ੍ਹਾਂ ਸੋਰਠਾ ਦੋ ਦੋ ਲਾਈਨਾਂ ਦਾ ਇੱਕ ਕਾਵਿ ਸ਼ੈਲੀ ਹੈ, ਇਹ ਸੋਰਠਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹਦਾ ਹੈਡਿੰਗ ਉੱਪਰ ਸੋਰਠਾ ਹੈ। ਕਹਿੰਦੇ ਨੇ ਗੁਰੂ ਅਰਜਨ ਸਾਹਿਬ ਦੇ ਉੱਤੇ ਪਾਰਥੋ, ਪਾਰਥੋ ਕਿਉਂਕਿ ਮਸ਼ਹੂਰ ਨਾਮ ਹੈ ਅਰਜਨ ਦਾ, ਕਿਸੇ
पार्थो का कोई प्रमाण गुरु अर्जुन साहब से नहीं चलेगा, नहीं टुकदा। नहीं टुकदा क्यों? क्योंकि अर्जुन भी योद्धा है, ठीक है, पर वो राज नहीं लड़ते हैं, वो राज नहीं लड़ते हैं। गुरु अर्जुन साहब ने राज ली नहीं, मन अंदर बैठे काम क्रोध लोभ अहंकार नाल जंग छिड़े होया है, इन्हें तो अंदर नहीं बढ़न देना। इतने मैं अपने जीवन से इन्हों का राज नहीं बढ़न देना। फिर वो एने मोह विच आया है कि कभी हथियार सुट गया है, उन्हों का इतिहास कि अर्जुन ने तरशबाण सुट दिता, मेरे को अपने ते तीर नहीं चलते, मैं सामने अपने भरा दिसते, मैं अपने भरावान नहीं मार सकता। कहते मोह विच आया होया अपने तनश अपने शस्त्र सुट गया है, पर अंदर बैठे हुए काम क्रोध लोभ मोह हंकार नाल लड़दे होया गुरु अर्जुन तो अपने शरीर का मोह भी नहीं करते। अर्जुन प्रमाण पार्थो चाले नाही, नेजा नाम निशान सतगुरु शब्द सवारे हो। गुरु का नेजा जेड़ा है वो है नाम। वो कहना काम क्रोध लोभ मोह हंकार को खंडना है, इसलिए मैं किसी शरीर का भी इन्हें तो शरीर भी लग जाए तो मैं कोई दुख नहीं, मैं शरीर का भी मोह कोई नहीं। हम तुम अर्जुन के न इतिहास न गुरु अर्जुन का इतिहास किमें जोड़ते हो? कोई प्रमाण नहीं, चलता ही नहीं। पर अपने को पुछो इन्हें की पढ़ लो। ये कहता है गुरु अर्जुन साहब की भी शहीदी नहीं, भी गुरु तेग बहादुर साहब वगू लैनिया देनिया के संबंधी ने और पिछले बड़ी बड़ी कहानी घटता है, संभाल के असी रखी हुई है, सारिया लाइब्रेरिया का शिंगार है। कहता है कि पिछले जन्म विच गुरु अर्जन साहब आप लिखते, कहते गुरु अर्जन साहब आप लिखते हैं और तीन श्री गुरु ग्रंथ साहब के शब्दों की एग्जाम्पल भी दिता है। वो शब्द लिख के कहता है कि देखो गुरु साहब ने आख्या नारायण निंदस काहे भूली गुवारी दुकिरत सुकिरत थारो करम री। हर एक अपने कर्म भोगने पैंदे ने, कह लगे इसलिए मैनू भी अपने कर्म भोगने ही पैने ने, जो मैं कीता है वो मैं पाउना है। पढ़ के देख लो कीता की है पाउना की है, उथे शहीदी की रह गई। हुण इहना इतिहास का इन्हों ग्रंथा रखोगे अपने को संभाल के, गुरु भाई गुरदास जी की रचना रखो। कहता पिछले दुआपर विच पिछले जन्म विच दुआपर विच कहता मैं अर्जुन सां, आप इत लिख दिता कि अर्जुन सां, इत साबित करता है कि पांडवों वाला अर्जुन ही गुरु अर्जुन साहब बने ने। और हिंदू मिथास का एक हिस्सा इन्हें सारा कई ग्रंथ पढ़ो तो है जिसनों असं अमोलक ग्रंथ आखने ना अपना, सानू पता लग जाए कि यदि आवाज कितों पैदा हुई। अज असी आर एस एस के नाम लै के जुड़ने हैं दुखी, पर देखियो ये कदों तो वरत रही ने चीज़ा, सिर्फ इस्लाम नाल साडा टकराव पैदा करन लई ओ लफ़ज़ वरते गए ने कि वह सिख ही नहीं जिहड़ा किसी तुरक नू किसी मुसलमान नू अपने मूँह लाउंदा है। बहुत कुछ सिखिया मैं अगे नहीं विस्तार, सिर्फ उस इतिहास के घेरे च रहना चाहना। कहिंदा पिछले जन्म विच अर्जुन सी ते होया कि किलगा संडाल देवते दा पुत्र हाड़ दे महीने विच उन्दे घर जन्म लैण वाला आरनी मां मां दी कुखों उन्दा नां सी बसंतर। हुण देखो इत्थे साबत बसंतर तो मतलब अग, इहदा मतलब अग ने जन्म द्वापर विच लिया, इस तों पहला अग नहीं सी, तां प्रहलाद जलाउण वास्ते जिहड़ी भूआ होलका बैठी ओह किस अग विच बैठी,
ਉਹ ਤਾਂ ਸਤਜੁਗ ਦੀ ਗੱਲ ਹੈ। ਇਹ ਕਹਿੰਦਾ ਸੰਡਾਲ ਦੇ ਪੁੱਤਰ ਪੜ੍ਹ ਲਿਓ, ਦੇਵਤੇ ਦੇਵਤੇ ਦੇ ਸੰਡਾਲ ਦੇ ਦੇਵਤੇ ਦੇ ਘਰ ਇਸ ਆਪਣੇ ਬਸੰਤਰ ਨੇ ਜਨਮ ਲਿਆ ਤੇ ਇਹਦਾ ਵਿਆਹ ਹੋਇਆ ਨੀਲ ਤੁਜ ਦੇਵਤੇ ਦੇ ਘਰ। ਇਹਦੇ ਘਰ ਵਾਲੀ ਦਾ ਨਾਮ ਸੀ ਸੁਹਾ, ਕਿਉਂਕਿ ਸਾਰੀ ਖੰਡ ਉਹੀ ਜਿਹੜਾ ਅੱਗ ਨਾਲ ਸੰਬੰਧਿਤ ਹੈ ਉਹ ਜੋੜ ਰਿਹਾ ਇੱਥੇ। ਇਹਦੇ ਘਰ ਵਾਲੀ ਦਾ ਨਾਂ ਸੀ ਸੁਹਾ ਤੇ ਇਹਦੀ ਜਿਹੜੀ ਸੱਸ ਸੀ ਉਹਦਾ ਨਾਂ ਸੀ ਜਵਾਲਾ, ਜਵਾਲਾ ਵੀ ਉਸਨੂੰ ਕਹਿੰਦੇ, ਉਹਦਾ ਨਾਂ ਸੀ ਜਵਾਲਾ। ਤੇ ਇਹ ਕਿਤੇ ਸਹੁਰੇ ਗਿਆ ਬਸੰਤਰ ਤੇ ਉਸ ਸੱਸ ਨੇ ਇਹਨੂੰ ਬੜੇ ਚੰਗੇ ਖਾਣੇ ਤੇ ਜ਼ਿਆਦਾ ਖਾਣੇ ਮਜਬੂਰ ਕਰਕੇ ਜਿਵੇਂ ਆਮ ਸਤਸੰਗ ਕਰੀ ਉਹ ਰੂਪ ਦੇ ਰਿਹਾ ਲਿਖਾ ਕਿ ਬਹੁਤ ਸਾਰਾ ਖਾਣਾ ਖਵਾ ਦਿੱਤਾ। ਉੱਥੇ ਇਹਦਾ ਪੇਟ ਖਰਾਬ ਹੋ ਗਿਆ, ਪੇਟ ਖਰਾਬ ਹੋਣ ਤੇ ਇਹ ਵੈਦ ਕੋਲ ਗਿਆ। ਦੇਖੋ ਕੈਸੀਆਂ ਕਹਾਣੀਆਂ ਸਾਡੇ ਨਾਲ ਔਰ ਸ਼ਹੀਦੀਆਂ ਨਾਲ ਜੁੜਦੀਆਂ ਗਈਆਂ ਔਰ ਉਹ ਗ੍ਰੰਥ ਅਸੀਂ ਸੰਭਾਲ ਕੇ ਬੈਠੇ ਹਾਂ, ਕਦੋਂ ਇਹਨਾਂ ਦਾ ਜਵਾਬ ਦਿਆਂਗੇ। ਕਹਿੰਦੇ ਉਹ ਡਾਕਟਰ ਵੈਦ ਕੋਲ ਗਿਆ, ਵੈਦ ਨੇ ਆਖਿਆ ਇੱਕੋ ਇੱਕ ਬਾਗ ਹੈ ਜਿਹੜਾ ਇੰਦਰ ਰਾਜੇ ਦਾ ਹੈ, ਨਾਮ ਸਭ ਕੁਝ ਲਿਖਿਆ ਮੌਜੂਦ ਹੈ, ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ। ਉਹ ਜਿਹੜਾ ਬਾਗ ਹੈ ਉਹਦੇ ਵਿੱਚ ਉਹ ਇੱਕ ਬੂਟੀ ਹੈ, ਉਹੋ ਹੀ ਬੂਟੀ ਜਿਹੜੀ ਹੈ ਉਹ ਤੈਨੂੰ ਬਚਾ ਸਕਦੀ ਹੈ, ਤੇਰਾ ਰੋਗ ਦੂਰ ਕਰ ਸਕਦੀ ਹੈ। ਜਦੋਂ ਇਹ ਗੱਲ ਦਾ ਮਸਲਾ ਆਇਆ ਤਾਂ ਉਹ ਉਸ ਬਾਗ ਇੰਦਰ ਦੇ ਰਾਜੇ ਦੇ ਬਾਗ ਨੂੰ ਭਸਮ ਕਰਨ ਲਈ, ਬਸੰਤ ਤੁਸੀਂ ਅੱਗ ਨੇ ਤਾਂ ਖਾਣਾ ਭਸਮ ਕਰਨਾ ਹੀ ਹੈ, ਉਹਨੂੰ ਭਸਮ ਕਰਨ ਲਈ ਉੱਥੇ ਪਹੁੰਚਿਆ। ਲਫ਼ਜ਼ ਲਿਖਦਾ ਹੈ ਆਦ ਅੰਤ ਇਹ ਹੁੰਦੀ ਆਈ ਜਿਹਾ ਬੀਜੇ ਤੇਰਾ ਖਾਈ, ਗੁਰੂ ਅਰਜਨ ਸਾਹਿਬ ਕਹਿ ਰਿਹਾ। ਉਹ ਕਹਿੰਦੇ ਨੇ ਕਿ ਨੀਲ ਧੁਰ ਦੀ ਬੇਟੀ ਸੁਹਾ ਪਾਵਕ ਨੇ ਵਿਆਹੀ, ਸੋ ਗਿਆ ਸਹੁਰੇ ਸੱਸ ਦੇ ਹੇਤ ਕਰ ਭਜਨ ਤੇ ਭੋਜਨ ਦਿੱਤਾ ਖਵਾਈ, ਜਵਾਲਾ ਪਰਿਆਵਰਤੀ ਪਾਵਕ ਦਾ ਸਾਰਾ, ਸੋ ਬਸੰਤ ਨੂੰ ਭਾਇਆ ਉਜੀਰਨ, ਬਸੰਤਰ ਨੂੰ ਭਾਇਆ ਉਜੀਰਨ, ਸੋ ਗਿਆ ਧਰੰਤਰ ਪਾਸ ਕਹੇ ਮੈਨੂੰ ਕੋ ਦੇ ਕੋਈ ਪੁੜੀ ਜੋ ਮੇਰਾ ਕਾਰਜ ਹੋਵੇ ਰਾਸ, ਧਰੰਤਰ ਦੱਸੀ ਬੂਟੀ ਨੰਦਨ ਬਣ ਮੈਂ, ਨੰਦਨ ਬਣ ਹੈ ਬਾਗ ਇੰਦਰ ਦਾ ਉੱਥੇ ਜਾਏ ਤੂੰ ਖਾਏ। ਉੱਥੇ ਗਿਆ ਜਦੋਂ ਨੰਦਨ ਬਾਗ ਨੂੰ ਅੱਗ ਲੱਗੀ ਤਾਂ ਇੰਦਰ ਵੀ ਪਰੇਸ਼ਾਨ ਹੋਇਆ, ਤੇ ਇੰਦਰ ਹੈ ਮੇਘਮਾਲਾ ਦਾ ਦੇਵਤਾ ਵੀ ਮੰਨਿਆ ਜਾਂਦਾ, ਮੀਂਹ ਦਾ ਬਾਰਿਸ਼ ਦਾ। ਉਹਨੇ ਉਸ ਵੇਲੇ ਮੇਘਮਾਲਾ ਨੂੰ ਬੱਦਲਾਂ ਨੂੰ ਹੁਕਮ ਕੀਤਾ ਕਿ ਤੁਸੀਂ ਇੰਨੀ ਜ਼ੋਰ ਦੀ ਵਸੋ ਤਾਂ ਕਿ ਇਹ ਬਸੰਤਰ ਜਿਹੜਾ ਮੇਰਾ ਬਾਗ ਨਾ ਉਜਾੜ ਸਕੇ। ਜਦੋਂ ਮੇਘ ਨੇ ਬੱਦਲਾਂ ਨੇ ਲਗਾਤਾਰ ਮੋਹਰੇ ਧਾਰ ਬਾਰਿਸ਼ ਸ਼ੁਰੂ ਕੀਤੀ ਤੇ ਜਿਹੜਾ ਉੱਥੋਂ ਨੰਦਨ ਬਾਗ ਵਿੱਚੋਂ ਬੂਟੀ ਖਾਣ ਗਿਆ ਸੀ ਬਸੰਤਰ, ਉਹ ਵਿਚਾਰਾ ਉੱਥੋਂ ਫਿਰ ਦੌੜਿਆ ਤੇ ਅਰਜਨ ਕੋਲ ਆਇਆ ਵੀ ਸੁਣਿਆ ਤੇਰੇ ਤੀਰਾਂ ਵਿੱਚ ਬੜੀ ਤਾਕਤ ਹੈ, ਤੂੰ ਇਉਂ ਕਰ ਵੀ ਤੀਰ ਮਾਰ ਕੇ ਇਹਨਾਂ ਮੇਘਮਾਲਾਂ ਨੂੰ ਇਹਨਾਂ ਬੱਦਲਾਂ ਨੂੰ ਭਜਾ ਦੇ ਤਾਂ ਕਿ ਮੈਂ ਇਹ ਬਾਗ ਦਾ ਬੂਟੀ ਖਾ ਸਕਾਂ। ਦੇਖੋ ਕਿੱਧਰ ਲੈ ਜਾਂਦਾ। ਇੱਥੇ ਉਸ ਵੇਲੇ ਅਰਜਨ ਨੇ ਤੀਰ ਤਾਂ ਮਾਰੇ ਬੱਦਲਾਂ ਨੂੰ ਪਰ ਭੁਲੇਖੇ ਨਾਲ ਇੱਕ ਤੀਰ ਉੱਥੇ ਸਹਿਰਾ ਬੈਠਾ ਸੀ ਉਹਨੂੰ ਵੱਜ ਗਿਆ। ਦੇਖੋ ਕਿਹੜੀ ਕਹਾਣੀ ਕੱਢ ਲਈ, ਉੱਥੇ ਇੱਕ ਸਹਿਰਾ ਬੈਠਾ ਸੀ ਉਹਨੂੰ ਵੱਜ ਗਿਆ ਤੇ ਉਹ ਸਹਿਰਾ ਜਿਹੜਾ ਸੀ ਉਹ ਮਰ ਗਿਆ ਕੁਛ ਸਮੇਂ ਬਾਅਦ। ਉਹ ਮਰਨ ਤੋਂ ਬਾਅਦ ਉਹ ਬਣਿਆ ਪ੍ਰਿਥੀ ਚੰਦ, ਰੁਕ ਕਿੱਥੇ ਲਿਆਉਂਦਾ, ਉਹ ਸਹਿਰਾ ਬਣਿਆ ਪ੍ਰਿਥੀ ਚੰਦ। ਤੇ ਗੁਰੂ ਅਰਜਨ ਆਏ, ਅਰਜਨ ਜਿਹੜਾ ਸੀ ਪਾਂਡਵਾਂ ਦਾ ਉਹ ਗੁਰੂ ਅਰਜਨ ਦੇ ਰੂਪ ਵਿੱਚ ਆਇਆ, ਕਹਿਣ ਲੱਗੇ ਮੈਨੂੰ ਹੁਣ ਗੁਰੂ ਅਰਜਨ ਦੇ ਰੂਪ ਵਿੱਚ ਜਾਮਾ ਮਿਲਿਆ ਤੇ ਮੇਰੇ ਉਸ ਮੱਥੀ ਮਾਰੇ ਹੋਏ ਗਲਤੀ ਨਾਲ ਮਰੇ ਹੋਏ, ਤੇ ਕਹਿੰਦਾ ਗਲਤੀ ਨਾਲ ਮਰੇ ਹੋਏ, ਮੇਰੇ ਹੱਥੋਂ ਗਲਤੀ ਨਾਲ ਮਰੇ ਹੋਏ ਉਸ ਸਹਿਰ ਦਾ ਮੈਂ ਦੇਣੀਆਂ ਦੇਣਾ, ਉਹਨੇ ਮੈਨੂੰ ਮਰਵਾਉਣਾ ਹੀ ਮਰਵਾਉਣਾ। ਲੋ ਇਸ ਲਈ ਇਹ ਮੇਰੀ ਸ਼ਹੀਦੀ ਨਹੀਂ, ਮੈਂ ਤੇ ਉਹਨੂੰ ਹਿਸਾਬ ਦੇ ਰਿਹਾ।
ਪਿਥੀ ਚੰਦ ਮੈਨੂੰ ਮਰਵਾ ਰਿਹਾ, ਪਿਥੀ ਚੰਦ ਮੇਰਾ ਦੁਸ਼ਮਣ ਹੈ। ਇਹਦਾ ਮਤਲਬ ਚੰਦੂ ਨੂੰ ਉਹਨੇ ਖਾਰਜ ਕਰ ਦਿੱਤਾ, ਉਹਨੇ ਆਪਣੀ ਜ਼ਬਾਨ ਤੋਂ ਆਪਣੇ ਇਤਿਹਾਸ ਦੇ ਮੁਤਾਬਕ ਜਾਗੀਰ ਨੂੰ ਵੀ ਖਾਰਜ ਕਰ ਦਿੱਤਾ। ਤੇ ਸਾਰਾ ਕੁਝ ਲੈ ਆਉਂਦਾ ਪਿਥੀ ਚੰਦ, ਇੱਕ ਨਹੀਂ ਬਹੁਤ ਸਾਰੀਆਂ ਚੀਜ਼ਾਂ ਇਸ ਵਿੱਚ ਕਿ ਪਿਥੀ ਚੰਦ ਨੂੰ, ਫਿਰ ਪਿਥੀ ਚੰਦ ਵੱਲੋਂ ਭਾਈ ਗੁਰਦਾਸ ਨੂੰ ਇੱਕ ਸਰਾਪ ਦਿੱਤਾ ਗਿਆ ਕਿ ਜਾਂ ਤੇਰੇ ਘਰ ਸੰਤਾਨ ਨਾ ਹੋਵੇ, ਤੇਰੇ ਸੰਤਾਨ ਰਹੇਗੀ। ਹੁਣ ਤੁਸੀਂ ਅੰਦਾਜ਼ਾ ਲਗਾਓ ਆਪੇ ਹੀ ਵੀ ਇਹੋ ਜਿਹੀਆਂ ਕਹਾਣੀਆਂ ਨਾਲ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਨੂੰ ਅਸੀਂ ਮੰਨਾਂਗੇ। ਸ਼ਹੀਦੀ ਤਾਂ ਹੋਈ ਨਾ, ਫਿਰ ਤਾਂ ਉਸ ਸਹਿ ਦਾ ਦੇਣੀਆਂ ਦੇਣਾ ਸੀ ਜੋ ਇੱਥੇ ਸਾਬਤ ਕੀਤਾ ਗਿਆ। ਜਿਵੇਂ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਵਿੱਚ ਇਹ ਸਾਬਤ ਕੀਤਾ ਕਿ ਕੱਛੂ ਕੁੰਮੇ ਦਾ ਦੇਣੀਆਂ ਦੇਣਾ ਸੀ, ਇੱਥੇ ਇਹ ਸਾਬਤ ਕੀਤਾ ਗਿਆ ਕਿ ਸਹਿ ਦਾ ਦੇਣਾ ਦੇਣਾ ਸੀ। ਉੱਥੇ ਕੱਛੂ ਕੁੰਮਾ ਔਰੰਗਜ਼ੇਬ ਬਣਿਆ, ਇੱਥੇ ਸਹਿ ਪ੍ਰਿਥੀ ਚੰਦ ਬਣਿਆ। ਤੂੰ ਭਰਿਓ, ਇਹ ਮੈਂ ਤੁਹਾਡੇ ਸਾਹਮਣੇ ਮੇਰੀ ਮਜਬੂਰੀ ਇਹੋ ਜਿਹੀ ਚੀਜ਼ਾਂ ਸਾਡੇ ਵਿਹੜੇ ਵਿੱਚ ਰੱਖੀਆਂ ਹੋਈਆਂ ਨੇ ਔਰ ਸਾਡੇ ਬੱਚਿਆਂ ਨੂੰ ਗੁੰਮਰਾਹ ਕਰਨ ਵਾਸਤੇ ਰੱਖੀਆਂ ਹੋਈਆਂ। ਅਸੀਂ ਗੁਰਬਾਣੀ ਤੇ ਕਿਉਂ ਨਹੀਂ ਟਿਕਦੇ ਜਿਸ ਗੁਰਬਾਣੀ ਨੇ ਆਪਣੀ ਜ਼ਬਾਨ ਤੋਂ ਫੈਸਲਾ ਕਰ ਦਿੱਤਾ ਕਿ ਭੈ ਭੰਜਨ ਪਰ ਪੀਰ ਨਿਵਾਰਨ ਕਲ ਸਾਰ ਤੋਏ ਜਸ ਨਾ, ਉਹ ਔਰੰਗਜ਼ੇਬ ਦੇ ਸਾਹਮਣੇ ਝੁਕਦਾ ਨਾ ਇਹ ਜਹਾਂਗੀਰ ਦੇ ਸਾਹਮਣੇ ਝੁਕਦਾ। ਸੱਚ ਤੇ ਪਹਿਰਾ ਦੇਣਾ ਤੇ ਪਰ ਪੀਰ ਨਿਵਾਰਨ ਦੇ ਲਈ, ਕਿਸੇ ਲਈ, ਕਿਸੇ ਤੇ ਉਪਕਾਰ ਕਰਨ ਲਈ, ਕਿਸੇ ਦੇ ਦੁੱਖਾਂ ਦੀ ਖਾਤਰ ਤੇ ਆਪਣੇ ਸੱਚ ਦੀ ਖਾਤਰ ਜੀਵਨ ਦੀ ਆਹੂਤੀ ਦੇ ਦੇਣੀ, ਸ਼ਬਦ ਗੁਰੂ ਨੇ ਜਾ ਗੱਡਿਓ ਵਾਲੀ ਹਾਲਤ ਹੋ ਜਾਣੀ, ਇਹ ਚੀਜ਼ ਹੈ ਭੈ ਭੰਜਨ ਪਰ ਪੀਰ ਨਿਵਾਰਨ ਕਲ ਸਹਾਰ ਤੋਏ ਜਸ ਬਖਤਾ ਕੁਲ ਸੋਢੀ ਗੁਰੂ ਰਾਮਦਾਸ ਤਨ ਧਰਮ ਤੁਜਾ ਅਰਜਨ ਹਰ ਭਗਤਾ। ਜੇ ਅਸੀਂ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਵੇਖਣੀ ਹੈ, ਜੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਅਸਲ ਜੁਗਤ ਜੀਵਨ ਜੁਗਤ ਦੇਖਣੀ ਹੈ, ਉਹਨੂੰ ਪਛਾਣਨਾ ਹੈ, ਤੇ ਅਸੀਂ ਇਹਨਾਂ ਇਤਿਹਾਸਕਾਰਾਂ ਤੇ ਇਹਨਾਂ ਪਰਿੰਦਿਆਂ ਵਿੱਚ ਜੋ ਅਸੀਂ ਸੰਭਾਲ ਕੇ ਜ਼ਹਿਰ ਆਪਣੇ ਘਰ ਵਿੱਚ ਰੱਖੀ ਹੋਈ ਹੈ ਉੱਥੋਂ ਸਾਨੂੰ ਛੁਟਕਾਰਾ ਪਾਉਣਾ ਪਵੇਗਾ, ਉਹਨੂੰ ਸਾਨੂੰ ਤਿਆਗਣਾ ਪਏਗਾ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸਾਨੂੰ ਗੁਰੂ ਦਾ ਸਰੂਪ ਮਿਲਦਾ ਹੈ। ਉਹ ਸਰੂਪ ਜਿਹੜਾ ਹੈ ਉਹ ਤਾਂ ਸਾਨੂੰ ਵਿਗਾੜ ਕੇ ਇੱਕ ਗੱਲ ਕਹਿੰਦਾ ਹੈ ਕਿ ਭਰਿਓ ਆਓ ਜੇ ਗੁਰੂ ਅਰਜਨ ਦੇਖਣਾ ਜੇ, ਤੇ ਭੱਟ ਕਹਿੰਦਾ ਮੈਂ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਬੈਠਾ ਦਿਖਾ ਦੇਣਾ, ਉਹਦੇ 'ਚ ਉਹਦੀ ਸ਼ਹੀਦੀ ਵੀ ਦਿਖਾਉਂਦਾ ਹੈ, ਉਹਦੇ ਵਿੱਚ ਉਹਦਾ ਭੈ ਭੰਜਨ ਵੀ ਦਿਖਾਉਂਦਾ, ਉਹਦੇ 'ਚ ਪੌਣ ਪੈ ਪੀਰ ਨਿਵਾਰਨ ਵੀ ਦਿਖਾਉਂਦਾ ਤੇ ਕਹਿੰਦਾ ਵੀ ਬੜਾ ਸਪਸ਼ਟ ਰੂਪ ਵਿੱਚ ਹੈ।
ਸਤਿਆ ਪਾਲ ਸੋ ਸਾਡੀ ਕਮਜ਼ੋਰੀ ਤੇ ਸਾਡੀ ਉਹ ਭੋਲਾਪਨ ਅਨਪੜ੍ਹਤਾ ਜਿਹੜੀ ਮਿਰਗ ਵਾਲੀ ਹੈ ਇੱਕ ਹਰਨ ਦੇ ਮਗਰ ਬਾਕੀ ਅਨਪੜ੍ਹ ਹਰਨ ਸਾਰੇ ਹੀ ਦੌੜੇ ਜਾਂਦੇ ਅੱਜ ਜਥੇਦਾਰ ਲੀਡਰ ਰਾਜੀਵ ਗੱਲ ਹੈ ਇਸ ਕਿਤਾਬ ਨੂੰ ਛਪਵਾਉਣ ਦੀ ਪਹਿਲੀ ਪ੍ਰੇਰਨਾ ਦੇਣ ਵਾਲਾ ਸ਼੍ਰੋਮਣੀ ਕਮੇਟੀ ਦਾ ਰਿਸਰਚ ਸਕਾਲਰ ਰਣਦੀਪ ਸਿੰਘ ਹੈ ਸਭ ਨੂੰ ਪੜ੍ਹਿਆ ਹੋਇਆ ਹੈ ਕੀ ਸਮਝ ਕੇ ਕੀ ਵੇਖ ਕੇ ਇੰਨਾ ਕੁਝ ਕੀਤਾ ਜਾ ਰਿਹਾ ਅਤੇ ਕਿਸ ਖਿਆਲ ਨਾਲ ਕੀਤਾ ਜਾ ਰਿਹਾ ਹੈ ਇਹਦੇ ਵਿੱਚੋਂ ਸਾਨੂੰ ਕੀ ਮਿਲ ਰਿਹਾ ਇਹ ਤਾਂ ਸਾਡੇ ਸਾਹਮਣੇ ਤੁਸੀਂ ਵੀ ਪੜ੍ਹ ਸਕਦੇ ਹੋ ਮੈਂ ਵੀ ਪੜ੍ਹਿਆ ਹੈ ਸੋ ਇਹ ਸਾਰਾ ਕੁਝ ਇਸ ਵੇਲੇ ਇੱਕ ਕੇਂਦਰ ਦੇ ਨਾਮ ਹੇਠ ਧੋਖਾ ਹੋ ਰਿਹਾ ਹੈ ਸਾਡੇ ਬੱਚਿਆਂ ਨੂੰ ਅਤੇ ਸਾਨੂੰ ਜ਼ਹਿਰ ਦਿੱਤੀ ਜਾ ਰਹੀ ਹੈ ਜਿੰਨੇ ਜਿੰਨੇ ਗ੍ਰੰਥ ਮੇਰੇ ਸਾਹਮਣੇ ਆਉਂਦੇ ਨੇ ਮੈਂ ਹੈਰਾਨ ਹੁੰਦਾ ਐਸੀਆਂ ਐਸੀਆਂ ਕਿਤਾਬਾਂ ਜਿਨ੍ਹਾਂ ਨੂੰ ਨਾਂ ਦਸਮ ਪਿਤਾ ਦਾ ਦਿੱਤਾ ਗਿਆ ਹੁਣ ਇਹਦੇ ਵਿੱਚ ਜੋ ਸਾਖੀਆਂ ਦਿੱਤੀਆਂ ਗਈਆਂ ਨੇ ਅਜੀਬ ਗੱਲ ਹੈ ਇੱਥੋਂ ਤੱਕ ਇਸਨੇ ਇਹ ਸਾਬਤ ਕੀਤਾ ਕਿਉਂਕਿ ਕੇਸਰ ਸਿੰਘ ਛਿੱਬਰ ਦੀ ਲਿਖੀ ਹੋਈ ਕਿਤਾਬ ਹੈ ਸਭ ਲਈ ਨਵਾਂ ਪਾਤਸ਼ਾਹੀ ਦਸਾਂ ਪਾਤਸ਼ਾਹੀ ਕੰਮ ਕੇਸਰ ਸਿੰਘ ਛਿੱਬਰ ਇੱਕ ਬ੍ਰਾਹਮਣ ਹੈ ਔਰ ਉਹ ਇਹ ਸਾਬਤ ਕਰਦਾ ਹੈ ਕਿ ਗੁਰੂ ਨਾਨਕ ਦਾ ਘਰ ਗੁਰੂ ਨਾਨਕ ਤੋਂ ਲੈ ਕੇ ਹੀ ਅਗਵਾਈ ਹੀ ਬ੍ਰਾਹਮਣ ਦੀ ਵਿੱਚ ਚੱਲਦਾ ਸੀ ਅਤੇ ਫਿਰ ਚੱਲਦਾ ਕੀ ਸੀ ਬ੍ਰਾਹਮਣ ਦੀ ਅਗਵਾਈ ਛੱਡਣ ਕਰਕੇ ਤਾਂ ਟਕਰਾਓ ਪੈਦਾ ਹੋਇਆ ਅਤੇ ਇਹ ਸਾਬਤ ਕਰਦਾ ਹੈ ਕਿ ਹਰ ਗੁਰੂ ਨੇ ਆਪਣੇ ਸਮੇਂ ਅੰਦਰ ਆਪਣੇ ਨਾਲ ਦੀਵਾਨ ਬ੍ਰਾਹਮਣ ਰੱਖਿਆ ਹਰ ਗੱਲ ਵਿੱਚ ਉਹਦੀ ਸਲਾਹ ਲੈਂਦੇ ਸਨ ਉਹਦੀ ਅਗਵਾਈ ਵਿੱਚ ਹੀ ਗੁਰੂ ਘਰ ਚੱਲਦੇ ਸਨ ਪੜ੍ਹਿਓ ਕਿਵੇਂ ਤੁਸੀਂ ਕਹਿੰਦੇ ਹੋ ਅਸੀਂ ਬ੍ਰਹਮਣਿਜ਼ਮ ਤੋਂ ਬਾਹਰ ਨਿਕਲ ਆਵਾਂਗੇ ਕਿਉਂਕਿ ਅਸੀਂ ਤਾਂ ਆਪ ਬ੍ਰਹਮਣਿਜ਼ਮ ਸੰਭਾਲੀ ਬੈਠੇ ਹਾਂ ਆਪ ਵੀ ਸੰਭਾਲੀ ਬੈਠੇ ਹਾਂ ਆਪਣੇ ਬੱਚਿਆਂ ਦੀ ਝੋਲੀ ਵੀ ਪਾ ਰਹੇ ਹਾਂ ਪਾਉਣ ਵਾਲੇ ਲੋਕ ਜਿਹੜੇ ਨੇ ਉਹ ਪੜ੍ਹੇ ਪੜ੍ਹਾਏ ਹਰਨ ਨੇ ਪਤਾ ਨਹੀਂ ਕਿਹਨਾਂ ਨੇ ਪੜ੍ਹਾ ਕੇ ਸਾਡੇ ਆਗੂ ਬਣਾ ਦਿੱਤੇ ਨੇ ਅਸੀਂ ਭੋਲੇ ਹਰਨਾਂ ਵਾਂਗੂ ਉਸੇ ਡਰ ਵਿੱਚ ਪਿੱਛੇ ਦੌੜੇ ਜਾਂਦੇ ਹਾਂ ਇਹ ਸਾਨੂੰ ਚੇਤਨਤਾ ਦੀ ਲੋੜ ਹੈ ਤਾਂ ਸਾਡਾ ਆਉਣ ਵਾਲਾ ਭਵਿੱਖ ਬਚ ਸਕਦਾ ਇਹਨਾਂ ਸ਼ਬਦਾਂ ਨਾਲ ਖਿਮਾ ਦਾ ਗਾਜੇ ਕਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ